ਅਸਲਾਮ ਵਾਲੇਕੁਮ, ਵੈਲਕਮ ਬੈਕ ਟੂ ਨਿਊ ਵਲੌਗ। ਅਤੇ ਯਾਰ, ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ ਅਸੀਂ ਟੋਟਲੀ ਹਾਂ ਵਿਹਲੇ, ਤਾਂ ਕਿ ਸਾਡੇ ਹੁਣ ਪੇਪਰ ਹੁੰਦੇ ਪਏ ਨੇ। ਪੇਪਰ ਵੈਸੇ 6 ਤਰੀਕ ਨਾ ਮੇਰਾ, ਇਹ ਕਾਫੀ ਦਿਨ ਪਏ ਨੇ ਫ੍ਰੀ ਘਰ ਹਜੇ ਘਰ ਜਾਣੇ, ਵਿਹਲੇ ਕਰੂੰ ਕਿਤੇ ਜਾਂਦੇ ਨਹੀਂ ਬਾਹਰ, ਸਾਰਾ ਦਿਨ ਘਰ ਗੇਮ ਸ਼ੇਮ ਖੇਡ ਲਈ ਅਤੇ ਫਿਰ ਘਰ। ਅਤੇ ਅੱਜ ਬਰਥਡੇ ਅਹਿਮਦ ਦੀ, ਅਤੇ ਉਹਦੇ ਕੋਲ ਪਾਰਟੀ ਸ਼ਾਰਟੀ ਲੈਣੀ ਆ। ਮੈਂ ਚੱਲ ਵਲੌਗ ਵੀ ਬਣਾ ਲੈਂਦੇ ਹਾਂ, ਅਤੇ ਨਾਲੇ ਚੱਲਦੇ ਹਾਂ ਉਹਨੂੰ ਜ਼ਫਰਵਾਲ ਲੈ ਜਾਂਦੇ ਹਾਂ ਕਿਤੇ। ਬੜਾ ਪੈਸਾ ਉਹਦੇ ਕੋਲ ਵੀ, ਕਢਾਉਂਦੇ ਹਾਂ ਜਾ ਕੇ ਅਤੇ ਮਿਲਦੇ ਹਾਂ ਨਹਾਉਣਾ ਤੁਹਾਨੂੰ। ਮੈਂ ਹੁਣ ਫਰੈਸ਼ ਹੋਇਆ, ਨਹਾ ਨਹੂ ਲਾਂ, ਕੱਪੜੇ ਚੇਂਜ ਕਰ ਲਾਂ, ਫਿਰ ਚੱਲਦੇ ਹਾਂ। ਪਰ ਕੱਪੜੇ ਛੱਪੜੇ ਚੇਂਜ ਕਰਕੇ ਅਤੇ ਹੁਣ ਚੱਲੇ ਹਾਂ ਉੱਧਰ ਅਹਿਮਦ ਹੋਰਾਂ। ਇਹ ਮੈਨੂੰ ਪੱਕਾ ਯਕੀਨ ਆ ਉਹਨਾਂ 'ਚ ਕੋਈ ਵੀ ਨਹੀਂ, ਬਲਕਿ ਤਿਆਰ ਹੋ ਗਏ ਨੇ ਉਹਨਾਂ ਨੇ। ਅੱਜ ਮੈਸੇਜ ਕਰਦਾ ਪਿਆ ਸੀ ਆਇਓ, ਅਤੇ ਹੁਣ ਚੱਲਦੇ ਹਾਂ ਉੱਧਰ। ਅਤੇ ਮੱਖੀਆਂ ਯਾਰ ਅੱਜ ਕੱਲ੍ਹ ਬੜਾ ਤੰਗ ਕਰਦੀਆਂ, ਸੋਹਣੀ ਚੀਜ਼ਾਂ ਦੇ ਫਿਰ ਮੱਖੀਆਂ ਬਹਿ ਜਾਂਦੀਆਂ ਨੇ। ਅਤੇ ਚੱਲਦੇ ਹਾਂ ਨਾਲ ਅੱਜ ਅਹਿਮਦ, ਮੈਂ ਪੂਰਾ ਠੱਗਣਾ ਇੱਕ ਵਾਰੀ, ਚੱਲੇ ਸਹੀ ਆ। ਸਾਡਾ ਬਰਥਡੇ ਬੋਆਏ ਤਿਆਰ ਹੋ ਗਿਆ, ਚੱਲੋ ਸਰ। ਐਵੇਂ ਮੈਂ ਸੁਬਹ ਦੀ ਰੋਟੀ ਨਹੀਂ ਖਾਧੀ ਸੀ, ਸਹੀ ਗੱਲ ਹੀ, ਕੱਲ੍ਹ ਦੀ ਵੀ ਨਹੀਂ ਖਾਧੀ ਸੀ। ਇੱਕ ਵਾਰ ਆ ਗਈ ਨਹੀਂ ਸਰਕਾਰ, ਖਾਤਰ ਨਹੀਂ ਕਰਵਾਉਣਾ ਬਸ ਇੰਨੇ। ਜਲਦੀ ਕਰੋ ਜਲਦੀ ਜਲਦੀ। ਅੱਛਾ ਯਾਰ, ਅਸੀਂ ਤਾਂ ਨਿਕਲ ਗਏ ਹਾਂ ਹੁਣ, ਅਤੇ ਜਫਰਵਾਲ ਜਾ ਗਏ ਕਰਦੇ ਹਾਂ ਕੈਮਰਾ ਆਨ। ਯਾਰ ਐ ਮੂਨ ਗ੍ਰਿਲ ਆ ਗਏ ਨੇ, ਅਤੇ ਜਿਹਦੇ ਕੋਲ ਟ੍ਰੀਟ ਲੈਣੀ ਆ ਨਾ, ਉਹ ਭਾਵੇਂ ਪਿੱਛੇ ਮੁੜ ਕੇ ਚਲ ਗਏ ਤਾਂ ਇਹ ਕਾਰ ਨੂੰ। ਸ਼ਕਲਾਂ ਗੱਡੀ ਇੱਥੇ ਲੈ ਜਾਵੇ, ਉਹ ਸਹੀ ਗੱਲ ਹੈ, ਨਹੀਂ ਆਉਂਦਾ ਹੀ ਨਹੀਂ, ਇਹ ਨਹੀਂ ਆਉਂਦਾ ਪਿਆ, ਇਹ ਆਏ ਨਹੀਂ ਹੁਣ। ਮੈਂ ਉਹਨਾਂ ਨੂੰ ਕੇਕ ਨਾ, ਜਿਹਨੇ ਟ੍ਰੀਟ ਦੇਣੀ ਆ, ਮੂਨ ਗ੍ਰਿਲ ਆ ਕੇ ਖਲੋ ਗਏ ਅਤੇ ਉਹ ਭਾਵੇਂ ਪਿੱਛੇ ਕਾਰ ਨੂੰ ਤੁਰ ਪਏ, ਉਹ ਭਾਵੇਂ ਹਾਰਡ ਫੂਡ ਲੈ ਗਏ ਕਿ ਮੈਂ ਹਾਰਡ ਫੂਡ ਜਾਣਾ। ਮੈਂ ਸਲਮਾਨ, ਮੈਂ ਕਿਹਾ ਜਿਹਦੇ ਕੋਲ ਟ੍ਰੀਟ ਲੈਣੀ ਆ, ਮੂਨ ਗ੍ਰਿਲ ਆ ਕੇ ਖਲੋ ਗਏ, ਮੈਂ ਭਾਵੇਂ ਹਾਰਡ ਫੂਡ ਲਿਖ ਲਓ, ਅੱਗੇ ਖਲੋਤੇ ਲੈ ਕੇ ਇੱਧਰ ਆਓ। ਰਬੜੀ ਵਾਲਾ ਮੈਂ ਭਾਂਡੇ ਧੋਣੇ ਨੂੰ ਤਿਆਰ ਆ, ਆਪਣਾ ਆਪਣਾ ਕੰਮ ਦੱਸ ਲਓ। ਚਲੋ ਯਾਰ, ਉਹ ਜਲਦੀ ਚੱਲੋ, ਅਹਿਮਦ ਰੱਜ ਦੇ ਥੀ ਹੋ ਗਿਆ ਮੇਰਾ। ਸਹੀ ਆ, ਤੂੰ ਹੈ ਹੀ ਸਹੀ ਹੈ, ਵੇਖ ਕੇ ਚੱਡਾ ਪੈ ਜੇ ਤੂੰ। ਮਾਸ਼ਾਅੱਲਾ ਖੂਬਸੂਰਤ ਹੈ, ਬਾਲ ਆਇਆ ਆਇਆ ਆਇਆ, ਪਹਿਲੇ ਹੀ ਆ ਕੇ ਟੇਬਲ, ਐਡੇ ਵੱਡੇ ਟੇਬਲ ਤੁਸੀਂ ਕੀ ਕਰਨਾ, ਦੋ ਤਾਂ ਤੁਸੀਂ ਬੰਦੇ ਹੋ। ਅਹਿਮਦ, ਉਹ ਅਹਿਮਦ ਦੀ ਕੁਰਸੀ ਖੁਦ ਕਰ ਰਹੇ ਪਿੱਛੇ, ਬੈਠੋ ਬੈਠੋ ਅਹਿਮਦ, ਉਹ ਕੁਰਸੀ 'ਤੇ ਚੱਲ ਯਾਰ ਸਾਹਮਣੇ ਅਹਿਮਦ ਬਾਈ, ਅਹਿਮਦ ਉੱਥੇ ਬਹਿ ਸਾਹਮਣੇ। ਹਾਂ ਓਏ, ਆਦਲ ਅਹਿਮਦ ਦੀ ਕੁਰਸੀ ਪਿੱਛੇ ਕਰ, ਬੈਠੋ ਬੈਠੋ ਬਾਈ ਜਾਨ। ਅਸੀਂ ਮਾਤਰਾ ਨੇ ਆਪਣੀ ਆਪੇ ਹੀ ਕੱਢਣੀ ਹੈ, ਬੈਠ ਜਾਓ ਅਹਿਮਦ ਬਾਈ, ਬੈਠ ਜਾਓ ਬੈਠ ਜਾਓ ਯਾਰ। ਅਹਿਮਦ ਨਾਰਾਜ਼ ਨਾ, ਅਹਿਮਦ ਨੂੰ ਨਾਰਾਜ਼ ਨਾ ਕਰਿਓ ਅੱਜ, ਚੱਲ ਯਾਰ ਕੱਢ ਮੈਨਿਊ ਕੱਢ, ਤੂੰ ਇਹਨੂੰ ਛੱਡ ਅਹਿਮਦ ਨੂੰ, ਚੈੱਕ ਕਰ ਕੋਈ ਅੱਛੀ ਡਿਸ਼। ਅਹਿਮਦ ਬਾਈ, ਅਹਿਮਦ ਨੂੰ ਜਗ੍ਹਾ ਹੀ ਨਹੀਂ ਪਸੰਦ ਆਏ ਕਿ ਕਈ ਇਹਨੂੰ ਇੱਜ਼ਤ ਦੇ ਰਹੇ, ਇਹਨੂੰ ਇੱਜ਼ਤ ਪਸੰਦ ਨਹੀਂ ਆ ਰਹੀ। ਤਾਂ ਜਲਦੀ ਕਰ ਯਾਰ, ਜਲਦੀ ਪਸੰਦ ਕਰ।
ਤਾਹ ਅੱਜ ਕਰੇਗਾ ਆਰਡਰ। ਸ਼ਾਕਾ ਸ਼ੰਭੂ ਅਹਿਮਦ ਦੇ ਹੜ ਯਾਰ ਆਰਡਰ ਦੇ ਦੇ ਅਹਿਮਦ, ਰੋਟੀਆਂ ਘਰੋਂ ਲਿਆਉਣੀਆਂ ਤੇ ਭੁੱਲ ਗਏ ਪੁੱਤ, ਇੱਥੇ ਆ ਗਿਆ ਚੀਨੀ ਵੇਖੀ ਦਾ ਆਰਡਰ ਦੇ ਚੁੱਪ ਕਰਕੇ, ਉੱਤਰ ਨੂੰ ਬੜਾ ਕੁਛ ਚੁੱਪ ਰਿਹਾ ਹੁਣ, ਜਲਦੀ ਕਰ ਜਲਦੀ ਜਲਦੀ ਆਰਡਰ ਦੇ। ਹਾਂਜੀ ਜਲਦੀ ਕਰ ਜਲਦੀ, ਐਵੇਂ ਰੋਟੀਆਂ ਘਰੋਂ ਲਿਆਉਣੀ ਭੁੱਲ ਗਏ ਦਾ ਜੀ। ਅੱਛਾ ਯਾਰ ਆਰਡਰ ਸਾਡਾ ਆ ਗਿਆ ਅਤੇ ਅਹਿਮਦ ਗੁੱਸੇ ਨਾਲ ਉੱਠ ਕੇ ਚੱਲਿਆ, ਉਹ ਹੱਥੋਂ ਚੱਲੇ ਉਹ ਵਾਹ ਉਹ ਜਲਦੀ ਤੋਂ ਹੋ ਗਿਆ ਉਹ ਮੈਂ ਮੇਰੇ ਤੋਂ ਚੇਰੀ ਸਮਝੋ, ਸ਼ੇਰਾਂ ਦੇ ਹੱਥੋਂ ਚੇਰੀ ਹੁੰਦੇ ਨੇ। ਓਏ ਹੋਏ ਬੜੀ ਭੁੱਖ ਲੱਗੀ ਤਾਂ ਮੈਂ ਹੱਥ ਹੋ ਗਿਆ ਆਇਆ, ਫਿਰ ਤੁਹਾਨੂੰ ਬਿਫੋਰ ਆਫਟਰ ਸੀਨ ਵੀ ਦੱਸਣਾ। ਚੱਲ ਯਾਰ ਹੱਥ ਉੱਤੋਂ ਚ ਗਏ ਨੇ, ਫੜੋ ਬੁੜਕੀ ਰੋਟੀ, ਤੁਸੀਂ ਦੇਖੋ ਯਾਰ ਛੋਟੇ ਛੋਟੇ ਪੀਸ ਕਰਕੇ ਦਿੰਦੇ ਨੇ, ਇਸ ਲਈ ਬੜੀ ਖਲੋਂਦੀ ਹੈ। ਮੈਂ ਬਿਫੋਰ ਆਫਟਰ ਸੀਨ ਤੁਹਾਨੂੰ ਦੱਸ ਛੱਡੀ ਹੈ, ਵੇਖੋ ਆਉਂ ਇਹਨਾਂ ਨੇ ਸਾਫ਼ ਕੀਤੀ ਹੈ ਨਾ, ਜਿਵੇਂ ਅਹਿਮਦ ਅਲ ਦੇ ਅਹਿਮਦ ਨੇ ਉਹ ਸਾਫ਼ ਕੀਤੀ ਹੈ, ਟਿਸ਼ੂ ਤੋਂ ਮੁਕਾੜੇ ਸਾਰੇ ਦੇ ਸਾਨੂੰ ਇਹ ਨੇ ਅਹਿਮਦ ਨੇ ਸਾਫ਼ ਕਰ ਖੜੀ ਹੈ, ਵੇਖ ਉਹਨੂੰ ਧੋਣੀ ਵੀ ਨਹੀਂ ਪੈਣੀ, ਚੱਟ ਅਹਿਮਦ ਕੋਈ ਗੱਲ ਨਹੀਂ ਰੱਜ ਰਹੀ ਹੋ ਯਾਰ, ਇਹ ਵੇਖੋ ਉਹ ਸੰਡੇ ਸਾਹਿਬ ਛੱਡ ਦਿਓ ਤੁਸੀਂ ਵੀ, ਬੜੀ ਖਾਧਾ ਯਾਰ ਇਹ ਵੀ ਸਲਮਾਨ ਨੇ ਵੈਸੇ ਹੁਣ ਨਹੀਂ ਛੱਡੀ ਹੈ, ਬੁੜਕੀ ਇੱਕ ਉਹ ਬੜੇ ਹੱਥ ਚੜੇ ਫੜੀ ਹੈ। ਅੱਛਾ ਅੱਛਾ ਤਾਹ ਵਾਲੀ ਬੱਸ ਕਿਉਂ ਕਰੀ ਅਸੀਂ ਤੁਹਾਡੇ ਵਾਲੀ, ਤਾਹ ਤੁਸੀਂ ਵੀ ਛੱਡ ਦਿਓ ਤਾਹ ਭਾਈ, ਆਸ਼ਰ ਨੇ ਆਸ਼ਰ ਨੇ ਛੱਡ ਖੜੀ ਹੈ, ਟਿਸ਼ੂ ਤਾਂ ਨਹੀਂ ਖਾਣ ਲੱਗਾ। ਅੱਛਾ ਕੋਈ ਪਤਾ ਨਹੀਂ ਭਾਈ, ਟਿਸ਼ੂ ਸਲਾਹ ਸਮਝ ਕੇ ਖਾਈਏ ਯਾਰ, ਕੱਟ ਖਾਇਆ ਕਰੋ ਮੇਰੀ ਤਰ੍ਹਾਂ, ਡਾਇਟ ਕਰਿਆ ਕਰੋ ਫਾਲੋ, ਅਤੇ ਯਕੀਨ ਮੰਨੋ ਇਸ ਟਾਈਮ ਅਹਿਮਦ ਮੋਬਾਈਲ 'ਤੇ ਕੈਲਕੂਲੇਟਰ ਕੱਢ ਕੇ ਹਿਸਾਬ ਲਾਏ ਕਰ ਅਤੇ ਕਿੰਨਾ ਹੋਇਆ ਕਿੰਨਾ ਨਹੀਂ ਹੋਇਆ, ਅਹਿਮਦ ਆਏ ਦਾ ਆਏ ਦਾ ਪਰੇਸ਼ਾਨ ਨਾ ਹੋ, ਅੱਜ ਤੁਹਾਨੂੰ ਅਸੀਂ ਚੁੱਕ ਕੇ ਖੜਾ ਗਏ ਅਹਿਮਦ ਢੀਠਾ ਹੋਣਾ ਕਿਉਂ ਸਿਗਰ ਦਿਲੂ ਬਸ ਚਲੋ ਯਾਰ ਉੱਠੋ 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 ਸ਼ਾਬਾਸ਼। ਚਲੋ ਅਹਿਮਦ ਭਾਈ ਅਹਿਮਦ ਤੇਰਾ ਰੰਗ ਇੱਕ ਜਾ ਰਿਹਾ ਘਾ ਰਿਹਾ, ਉਹਦੇ ਫਿਲਟਰ ਜਿਹੜਾ ਥੋੜ੍ਹਾ ਸਹੀ ਨਹੀਂ ਲੱਗ ਰਿਹਾ। ਚਲੋ ਚਲੋ ਅਹਿਮਦ ਭਾਈ ਚਲੋ, ਅਹਿਮਦ ਸਾਹਿਬ ਕੀ ਬਣਿਆ ਦੱਸੋ ਸਾਨੂੰ, ਅਗਰ ਅਹਿਮਦ ਠੰਡੀ ਠੰਡੀ ਵਾਹ ਨੀ ਲੱਗਣੀ, ਮੌਸਮ ਕਿੰਨਾ ਸੁਹਾਣਾ ਹੋ ਗਿਆ, ਚੱਲ ਰਹਿਣ ਦੇ ਅੱਗੋਂ ਸਮਝ ਆਣਗੇ। ਅੱਛਾ ਯਾਰ ਇੱਥੋਂ ਹੀ ਹੋ ਗਿਆ ਫ੍ਰੀ, ਅਤੇ ਹੁਣ ਤਾਹ ਸਾਹਿਬ ਇੱਧਰ ਆਉਂ ਜ਼ਰਾ, ਤਾਹ ਨੇ ਲੈਣੇ ਨੇ ਸ਼ੂਜ਼, ਅਤੇ ਤਾਹ ਨਾਲ ਚੱਲਦੇ ਹਾਂ ਸ਼ੂਜ਼ ਲੈਂਦੇ ਹਾਂ, ਸ਼ੂਜ਼ ਲੈ ਕੇ ਅਤੇ ਫਿਰ ਘਰ ਅੱਜ ਅਸੀਂ ਗੇਮ ਵੀ ਨਹੀਂ ਲਾਈ, ਜਲਦੀ ਕਰੋ ਜਲਦੀ ਬਸ। ਅਗਰ ਚੈੱਕ ਕਰੇਗਾ ਤਾਂ ਪਤਾ ਚੱਲੇਗਾ ਨਾ, ਉਹ ਵਾਲੇ ਨਹੀਂ ਉਹ ਨਹੀਂ ਆਉਣੀ ਤੈਨੂੰ, ਕੀ ਪ੍ਰਾਈਸ ਆ ਵੀ ਕੋਈ 250 ਦੁਕਾਨ ਫੇੜ ਕੇ ਨਾ, ਤਾਹ ਸਾਹਿਬ ਨੂੰ ਸ਼ੂਜ਼ ਪਸੰਦ ਆਏ ਨੇ,
ਅੱਛਾ ਯਾਰ, ਅਸੀਂ ਆ ਗਏ ਹੁਣ ਘਰ ਅਤੇ ਵਲੋਗ ਦਾ ਕਰਨੇ ਹਾਂ ਇੱਥੇ ਐਂਡ, ਅਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ 'ਤੇ ਵੇਖਣ ਵਾਲੇ ਫੋਲੋ ਲਾਜ਼ਮੀ ਕਰਿਓ, ਅਤੇ ਮਿਲਣੇ ਤੁਹਾਨੂੰ ਨੈਕਸਟ ਵਲੋਗ 'ਚ। ਖਾ ਪੀ ਕੇ ਮੈਂ ਘੁੰਮ ਬੋਲਣ ਨਹੀਂ ਹੁੰਦਾ ਪਿਆ। ਅੱਲਾ ਹਾਫਿਜ਼।